بسم اللہ الرحمن الرحیم ਤੇ ਅਸਲਾਮ ਵਾਲੇਕਮ ਅੱਜ ਦੇ ਪੰਜਾਬੀ ਵੀਲੌਗ ਚ ਸੱਜਣਾ ਮਿੱਤਰਾ ਪੈਣਾ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਅੱਜ ਦੇ ਪੰਜਾਬੀ ਵੀਲੌਗ ਚ ਅਸੀਂ ਕੋਈ ਚਾਰ ਪੰਜ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੇ ਆਖਿਰ ਤੇ ਤੁਹਾਡੇ ਕੋਈ ਚਿੱਠੀ ਪੱਤਰ ਵੀ ਪੜਾਂਗੇ ਲੇਕਿਨ ਜਿਹੜੀ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਸਾਂਝੀ ਕਰਨੀ ਹੈ ਨਾ ਉਹ ਹੈ ਪਾਕਿਸਤਾਨ ਦੀ ਪੰਜਾਬ ਦੀ ਧੀ ਆਇਸ਼ਾ ਪੁੱਟਾ ਆਇਸ਼ਾ ਪੁੱਟਾ ਇੱਕ ਪਾਕਿਸਤਾਨ ਦੀ ਹੋਜੀ ਧੀ ਹੈ ਜਿਹਨੂੰ ਜਿਨੇ ਨਾਂ ਤੇ ਉਹਦੇ ਕੁਲ ਪਾਕਿਸਤਾਨ ਤਹਿਰੀਕ-ਏ-ਇਨਸਾਫ ਦਾ ਕੋਈ ਉਹਦਾ ਸੀ ਨਾ ਉਹਨੇ ਜਦੋਂ ਇਕਤਦਾਰ ਸੀ ਉਹਦੇ ਵਿੱਚ ਕੋ ਉਹਦਾ ਲਿਆ ਨਾ ਕੋਈ ਲੈਂਡ ਨਾ ਕੋਈ ਦੇਣ ਉਸਾਬ ਨਾ ਫਿਕਰੀ ਤੌਰ ਤੇ Imran Khan ਦੇ ਨਾਲ ਸੀ ਜਿਵੇਂ 90 ਫੀਸਦੀ ਪਾਕਿਸਤਾਨੀ ਨੇ ਤੇ ਨਾਲ ਕਿਉਂ ਸੀ ਪੜੀ ਲਿਖੀ ਧੀਏ ਪਾਕਿਸਤਾਨ ਦੀ ਚਾਹੁੰਦੀ ਹੈ ਕਿ ਪਾਕਿਸਤਾਨ ਦੀ ਬਿਹਤਰੀ ਹੋਵੇ ਰੂਲ ਆਫ ਲਾ ਹੋਵੇ ਜਮਹੂਰੀਅਤ ਹੋਵੇ ਉਸ ਆਸ ਤੇ ਉਹਨੇ ਸੋਚਿਆ ਕਿ ਮੈਂ ਵੀ ਇਤਜਾਜ ਕਰ ਸਕਦੀ ਹਾਂ ਇਤਜਾਜ ਕਰਨ ਵਾਸਤੇ ਬਾਹਰ ਨਿਕਲੀ ਪੂਰਾ ਮੰਨ ਇਤਿਜਾਜ ਨਾ ਕਿਸੇ ਨੂੰ ਕੁਝ ਆਕਿਆ ਨਾ ਪੁੱਛਿਆ ਉਹਨੂੰ ਸਭ ਤੋਂ ਪਹਿਲਾਂ 9 ਮਈ ਵਾਲੇ ਨੂੰ 9 ਮਈ ਵਾਲੇ ਦਿਨ ਗ੍ਰਿਫਤਾਰ ਕਰ ਲਿਆ ਚੁੱਕ ਲਿਆ ਉਸ ਤੋਂ ਬਾਅਦ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹਫਤਾ ਵੀ ਘਰ ਨਹੀਂ ਰਹੀ ਹਣੀ ਤੇ ਫਿਰ ਉਹਨੂੰ ਛੁਕ ਲਿਆ 8-9 ਮਹੀਨੇ ਆਇਸ਼ਾ ਨੇ ਸਾਡੀ ਭੈਣ ਨੇ ਇਹ ਜੇਲ੍ਹ ਕੱਟੀ ਔਰ والدہ ਉਹਨਾਂ ਦੀ ਜਿਹੜੀ ਹੈ ਮਾਂ ਉਹਨਾਂ ਦੀ ਉਹਨਾਂ ਦੀ ਵਫਾਤ ਹੋ ਗਈ ਸੀ ਕੋਈ ਇੱਕ ਵਾਰਾ ਪਹਿਲੇ ਕੋਈ ਇੱਕ ਸਾਲ ਪਹਿਲੇ ਤਕਰੀਬਨ ਬਰਸੀ ਉਹਨਾਂ ਦੀ والدہ ਦੀ ਜਿਹੜੀ ਉਹ ਵੀ ਜੇਲ੍ਹ ਦੇ ਵਿੱਚ ਹੀ ਉਹਨਾਂ ਨੂੰ ਬਰਸੀ ਵੀ والدہ ਦੀ ਜੇਲ੍ਹ ਦੇ ਵਿੱਚ ਹੀ ਆਈ ਤੇ ਕਿਸੇ ਨੇ ਮਾਪਿਓ ਭੈਣ ਭਰਾਵਾਂ ਦੇ ਨਾਲ ਮਿਲਣ ਵੀ ਨਹੀਂ ਦਿੱਤਾ ਬਰਸੀ ਦੇ ਉੱਤੇ। ਵਾਲਦ ਉਹਨਾਂ ਤੇ شدید ਅਲੀਲ ਨੇ ਅੱਲਾ ਉਹਨਾਂ ਨੂੰ ਸਿਹਤ ਦੇਵੇ ਜ਼ਿੰਦਗੀ ਦੇਵੇ ਲੇਕਿਨ ਉਹ ਬਹੁਤ ਹੀ ਜ਼ਿਆਦਾ شدید ਅਲੀਲ ਨੇ ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਤੇ ਉਹ ਜਿਹੜੇ ਦਿਨ ਸਣ ਜਿਹੜੇ ਆਇਸ਼ਾ ਨੇ ਉਹਨਾਂ ਦੇ ਨਾਲ ਕੱਟਨੇ ਸਣ ਉਹ ਵੀ ਨਹੀਂ ਕੱਟ ਸਕੀ ਮੁਲਕ ਤੋਂ ਬਾਹਰ ਨੇ ਉਹ ਇਸ ਵੇਲੇ ਉਹਨਾਂ ਦਾ ਉੱਥੇ ਇਲਾਜ ਹੋ ਰਿਹਾ ਹੈ ਤੇ ਆਇਸ਼ਾ ਦਾ ਨਾਮ ਜਿਹੜਾ ਹੈ ਉਹ ਇਸ ਵੇਲੇ ਵੀ ਸਾਡੇ ਚੌਧਰੀ ਨਿਜ਼ਾਮਦੀਨ ਨੇ ਪੀ ਐਨ ਆਈ ਐਲ ਲਿਸਟ ਦੇ ਵਿੱਚ ਪਾਇਆ ਹੈ। ਤਾਕਿ ਉਹ ਆਪਣੇ ਵਾਲਦ ਨੂੰ ਜਾ ਕੇ ਮਿਲ ਨਾ ਲਵੇ ਇਹ ਉਹ 3 ਨੇ ਜਿਨ੍ਹਾਂ ਦੇ ਬਾਰੇ ਆਖਿਆ ਜਾ ਸਕਦਾ ਹੈ ਕਿ ਇਹ ਹਟਾਂ ਤੇ ਨਹੀਂ ਵਿਕਦੀਆਂ ਆਇਸ਼ਾ ਦੀ ਗੱਲ ਮੈਂ ਅੱਜ ਕਿਉਂ ਕਰਨ ਡਿਆ ਆਇਸ਼ਾ ਦੀ ਗੱਲ ਇਸ ਤੋਂ ਕਰਨ ਡਿਆ ਕਿ ਉਹਨਾਂ ਇੱਕ ਟਵੀਟ ਕੀਤਾ ਉਹਨਾਂ ਆਖਿਆ ਕਿ ਮੈਨੂੰ ਪਾਕਿਸਤਾਨ ਦਾ ਜਿਹੜਾ ਲਿਬਰਲ ਪ੍ਰੋਗਰੈਸਿਵ ਮੀਡੀਆ ਤੋਂ ਸ਼ਿਕਾਇਤ ਹੈ ਕਿ ਉਹਨਾਂ ਔਰਤਾਂ ਵਾਸਤੇ ਆਵਾਜ਼ ਨਹੀਂ ਚੁੱਕੀ ਮੈਂ ਆਇਸ਼ਾ ਸਾਹਿਬਾਂ ਨੂੰ ਇਹ ਕਵਾਂਗਾ ਵੀ ਆਇਸ਼ਾ ਸਾਹਿਬਾਂ ਨਾਂ ਰੱਖਣ ਨੂੰ ਤੇ ਪਿੰਡਾਂ ਦੇ ਵਿੱਚ ਵੀ ਮਾਵਾ ਨੇ ਪੁੱਤਰਾਂ ਦੇ ਨਾਂ ਰੱਖੇ ਹੁੰਦੇ ਨੇ ਜੱਜ ਨਾਂ ਰੱਖਿਆ ਹੁੰਦਾ ਉਹ ਭਾਵੇਂ ਮੇਰੇ ਤਰ੍ਹਾਂ ਦੋ ਜਮਾਤਾਂ ਨਾਲ ਪੜਿਆ ਹੋਵੇ ਉਹ ਜੱਜ ਥੋੜੀ ਲੱਗਾ ਹੁੰਦਾ ਕਾਜ਼ੀ ਫਾਇਜ਼ੀ ਸਾਹਿਬ ਥੋੜੀ ਲੱਗਾ ਹੁੰਦਾ ਕਿਤੇ ਉਹਦਾ ਨਾਂ ਐਵੇਂ ਜੱਜ ਰੱਖਿਆ ਹੁੰਦਾ ਇਵੇਂ ਕਰਨਲ ਰੱਖ ਦਿੰਦੇ ਨੇ ਕਈਆਂ ਦਾ ਕਿ ਇਹਦਾ ਮੇਜਰ ਰੱਖ ਦਿੰਦੇ ਨੇ ਕਿ ਇਹਦਾ ਪ੍ਰੋਫੈਸਰ ਰੱਖ ਦਿੰਦੇ ਨੇ ਕਿ ਇਹਦਾ ਡਾਕਟਰ ਰੱਖ ਦਿੰਦੇ ਨੇ ਇੰਝ ਹੀ ਪਿੰਡਾਂ ਦੇ ਵਿੱਚ ਲੋਕਾਂ ਨਾਂ ਰੱਖੇ ਹੁੰਦੇ ਨੇ ਇੰਝ ਹੀ ਪਾਕਿਸਤਾਨ ਵਾਲਿਆਂ ਨੇ ਵੀ ਇਹ ਆਪਣਾ ਜਿਹੜਾ ਮੀਡੀਆ ਹੈ ਤੇ ਜਿਹੜੇ ਥੋੜੇ ਜੇ ਮਾਡਰਨ ਕੱਪੜੇ ਪਾ ਕੇ ਮਤਲਬ ਮੁੰਡੇ ਹੋਣ ਜਾਂ ਕੁੜੀਆਂ ਹੋਣ ਮੈਂ ਕਿਸੇ ਇੱਕ ਜੈਂਡਰ ਦੀ ਗੱਲ ਨਹੀਂ ਕਰਦਾ ਕਿਸੇ ਥੋੜੇ ਕੱਪੜੇ ਪਾ ਕੇ ਕਸਵੇਂ ਜਿਹੇ ਕੱਪੜੇ ਪਾ ਕੇ ਜਿਹੜੇ ਫਿਰਦੇ ਨੇ ਮੁੰਡੇ ਕੁੜੀਆਂ ਉਹ ਆਪਣੇ ਆਪ ਨੂੰ ਲਿਬਰਲ ਆਖਦੇ ਨੇ ਲਿਬਰਲ ਕੀ ਹੁੰਦਾ ਉਹ ਜਾ ਕੇ ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚ ਵੇਖੋ ਜਿੱਥੇ ਇਹੋ ਜਿਹ ਗਾਜ਼ਾ ਦੇ ਲੋਕਾਂ ਵਾਸਤੇ ਇਤਜਾਜ ਕਰਨ ਦੇ ਨੇ ਤੰਬੂ ਲਾ ਕੇ ਮੁਸਲਮਾਨ ਵੀ ਨਹੀਂ ਆਗੇ ਉਹਨਾਂ ਚ ਬਹੁਤ ਸਾਰੇ ਇਨਸਾਨੀਅਤ ਦੇ ਨਾਤੇ ਇਹਨੂੰ ਲਿਬਰਲ ਆਖਦੇ ਨੇ ਲਿਬਰਲ ਉਹ ਹੁੰਦਾ ਜਿਹੜਾ ਦੂਜੇ ਦੀ ਤਕਲੀਫ ਨੂੰ ਮਹਿਸੂਸ ਕਰੇ ਔਰ ਜਿਹੜਾ ਮਾੜਾ ਹੋਵੇ ਨਾ ਉਹਦੀ ਤਕਲੀਫ ਆਸਤੇ ਬੋਲੇ ਔਰ ਜਿਹਦੇ ਵਿੱਚ ਬਰਦਾਸ਼ਤ ਜ਼ਿਆਦਾ ਹੋਵੇ ਡਿਫਰੈਂਟ ਕਿਸਮ ਦੇ ਮੌਜੂਦਾ ਦੇ ਉੱਤੇ ਡਿਫਰੈਂਟ ਜਿੰਨਾ ਦੇ ਨਾਲ ਉਹਦਾ عقیده ਦਾ ਵੀ ਭਾਵੇਂ ਫਰਕ ਹੋਵੇ ਰੰਗ ਨਸਲ ਦਾ ਵੀ ਫਰਕ ਹੋਵੇ ਇਖਤਲਾਫਾਤ ਵੀ ਹੋਣ ਫੇਰ ਵੀ ਉਹ ਦੂਜਿਆਂ ਦੇ ਨਾਲ ਤੱਕਾ ਕਰਨ ਦੇ ਉੱਤੇ ਜਿਹੜਾ ਰਾਜ਼ੀ ਨਾ ਹੋਵੇ ਉਹ ਲਿਬਰਲ ਹੁੰਦਾ ਹੈ ਤੇ ਸਾਡਾ ਮੀਡੀਆ ਤੇ ਲਫਾਫਾ ਤੁਹਾਨੂੰ ਕਿੱਥੋਂ ਪਤਾ ਲੱਗਾ ਵੀ ਇਹ ਲਿਬਰਲ ਤੇ ਪ੍ਰੋਗਰੈਸਿਵ ਹੈ ਇਹ ਨਾਮ ਰੱਖਣ ਨੂੰ ਇੰਝ ਹੀ ਜਿਵੇਂ ਮਾਂ ਦੇ ਪੁੱਤ ਜੱਜ ਨੇ ਇਹ ਮੇਰਾ ਮਤਲਬ ਕਹਿਣ ਦਾ ਹੈ ਕਿ ਭੈਣ ਮੇਰੀ ਤੈਨੂੰ ਕਿਨੇ ਆਖ ਦਿੱਤਾ ਪਈ ਲਿਬਰਲ ਤੇ ਪ੍ਰੋਗਰੈਸਿਵ ਨਹੀਂ ਨਾ ਤੇ ਨਾ ਤੇ ਲਿਬਰਲ ਦਾ ਕੋਈ ਚੀਜ਼ ਹੈ ਇਹ ਤੇ ਬਰਲ ਬਰਲ ਨਹੀਂ ਮੇਰਾ ਖਿਆਲ ਜਿਹੜਾ ਨਾ ਇਹਨਾਂ ਪਹਿਲੇ ਵਾਲਾ ਜਿਹੜਾ ਲਾਮ ਹੈ ਉਹਨਾਂ ਦੇ ਨਾਲ ਨਹੀਂ ਹੈਗਾ ਬਸ ਇਹ ਬਰਲ ਬਰਲ ਨੇ ਇਹਨਾਂ ਕੋਲੋਂ ਬਰਲ ਬਰਲ ਜਿੰਨੀ ਮਰਜ਼ੀ ਕਰਵਾ ਲਓ ਤੇ ਰੁਪਈਏ ਦੇਈ ਜਾਓ ਮੈਨੂੰ ਨੋਟ ਵਖਾ ਮੇਰਾ ਬੂਟ ਬਣੇ ਉਹ ਇਹਨਾਂ ਦਾ ਕੰਮ ਹੈ ਤੇ ਲਿਫਾਫੇ 'ਚ ਰੁਪਈਏ ਪਾਓ ਤੇ ਇਹਨਾਂ ਦੇ ਕੋਲੋਂ ਜਿਹੜਾ ਮਰਜ਼ੀ ਕੰਮ ਕਰਵਾਓ ਤੇ ਇਹ ਜਿਹੜਾ ਭੈਣ ਮੇਰੀ ਇਹ ਤੂੰ ਗੱਲ ਕੀਤੀ ਹੈ ਨਾ ਤੁਸੀਂ ਗੱਲ ਕੀਤੀ ਹੈ ਜਿਹੜੀ ਇਹ ਪੰਜਾਬੀ ਵਿੱਚ ਤੁਸੀਂ ਇਹ ਵੀ ਹਿਸਾਬ ਰੱਖਣਾ ਮੇਰੇ ਮੂੰਹੋਂ ਵੀ ਨਿਕਲ ਜਾਂਦੀ ਹੈ ਕਿਉਂਕਿ ਬੋਲਦੇ ਜੂ ਘਟ ਹੈ ਇਹ ਤੂੰ ਜਿਹੜਾ ਜਰਾ ਬਤਬੀਦੀ ਦੀ ਗੱਲ ਸਮਝੀ ਜਾਂਦੀ ਹੈ ਤੇ ਤੁਸੀਂ ਜਿਹੜਾ ਹੈ ਨਾ ਉਹ ਇੱਜ਼ਤ ਦਾ ਲਫ਼ਜ਼ ਇਤਰਾਮ ਦਾ ਤੇ ਜਰਾ ਤੁਸੀਂ ਇਸਤੇਮਾਲ ਕਰਿਆ ਕਰੋ ਤੁਸੀਂ ਵੀ ਤੇ ਮੈਨੂੰ ਵੀ ਇਹ ਕਰਨਾ ਚਾਹੀਦਾ ਹੈ ਜ਼ਾਹਰੀ ਗੱਲ ਬਹਰਲ ਇਹ ਮੀਡੀਆ ਨਾ ਲਿਬਰਲ ਹੈ ਨਾ ਪ੍ਰੋਗਰੈਸਿਵ ਹੈ ਤੇ ਨਾ ਹੀ ਪਾਕਿਸਤਾਨ ਦੇ ਜਿਹੜੇ ਸੋ ਕਾਲਡ ਝੂਠੇ ਲਿਬਰਲ ਨੇ ਪਰਗਰੈਸਿਵ ਨੇ ਇਹ ਨਾ ਲਿਬਰਲ ਨੇ ਪ੍ਰਗਰੈਸਿਵ ਲਿਬਰਲ اور ਪ੍ਰਗਰੈਸਿਵ ਉਹ ਹੁੰਦਾ ਜਿਸ ਤਰ੍ਹਾਂ ਜਿਹਦੇ ਨਾਲ ਮੈਨੂੰ شدید ਇਤਰਾਜ਼ ਹੈ ਜਿਸ ਬੰਦੇ ਦੇ ਉੱਤੇ ਫੋਰ ਐਗਜ਼ਾਮਪਲ ਕੋਈ ਵੀ ਬੰਦਾ ਜਿੱਤੇ ਮੈਨੂੰ شدید ਇਤਰਾਜ਼ ਹੈ ਮੌਲ ਨਵਾਜ਼ ਸ਼ੀਖ ਸਾਹਿਬ ਨੇ ਬਾਜੀ ਮਰੀਮ ਹੈ ਉਹਨਾਂ ਨਾਲ ਵੀ ਧੱਕਾ ਹੋਵੇ ਜ਼ੁਲਮ ਹੋਵੇ ਤੇ ਮੈਂ ਉਹਨਾਂ ਆਸਤੇ ਵੀ ਆਵਾਜ਼ ਚੁੱਕਾ ਇਹ ਹੁੰਦਾ ਲਿਬਰਲ ਜਿਹਦਾ ਜਿੰਨਾ ਮਰਜ਼ੀ ਕਿਸੇ ਨਾਲ ਇਖਲਾਫ ਹੋਵੇ ਜਦੋਂ ਉਹਦੇ ਨਾਲ ਕਾਨੂੰਨ ਦੇ ਖਿਲਾਫ ਕੰਮ ਹੋਵੇ ਧੱਕਾ ਹੋਵੇ ਤਾਂ ਉਹਦੀ ਆਵਾਜ਼ ਬਣ ਜਾਏ ਇਹਨੂੰ ਲਿਬਰਲ ਇਹਨੂੰ ਪ੍ਰੋਗਰੈਸਿਵ ਆਂਦੇ ਨੇ ਇਹ ਜਿਹੜੇ ਨੇ ਇਹ ਲਿਬਰਲ ਤੇ ਪ੍ਰੋਗਰੈਸਿਵ ਹੈ ਮੂੰ ਤੇ ਇਹ ਮਸਰਾਂ ਦੀ ਢਾਲ ਇਹ ਇਹ ਲੋਕ ਤੇ ਸਿਰਫ ਲਫਾਫਾ ਲੈਣ ਵਾਲੇ ਨਹੀਂ ਇਹ ਤੁਹਾਡੀ ਇਹਨਾਂ ਦੇ ਕੋਲੋਂ ਤੁੱਕੋ ਹੀ ਗਲਤ ਸੀ ਇਹਨਾਂ ਕਿੱਥੋਂ ਭੈਣ ਮੇਰੀ ਤੁਹਾਡੇ ਆਸਤੇ ਆਵਾਜ਼ ਚੁੱਕਣੀ ਸੀ ਇਹਨਾਂ ਦਾ ਕੋਈ ਲੈਣ ਦੇਣ ਨਹੀਂ ਅੱਛਾ ਜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਅਗਲੀ ਖਬਰ ਆਇਸ਼ਾ ਪੁੱਟਾ ਸਾਹਿਬ ਦੀ ਗੱਲ ਹੋਈ ਹੈ ਉਹਨਾਂ ਦੀ ਦਲੇਰੀ ਦੀ ਗੱਲ ਹੋਈ ਹੈ ਉਹਨਾਂ ਨੂੰ ਅਸੀਂ ਖਰਾਜਤ ਤਹਿਸੀਨ ਪੇਸ਼ ਕੀਤਾ ਉਹਨਾਂ ਦਾ ਇਹਸਾਨ ਹੈ ਇਹਸਾਨ ਉਹਨਾਂ ਦਾ ਵੀ ਹੈ ਕਿ ਬੜੇ ਸਾਰੇ ਲੋਕੀ ਜਿਹੜੇ ਤਹਿਰੀਕ ਇਨਸਾਫ ਛੱਡ ਗਏ ਪ੍ਰੈਸ ਕਾਨਫਰੰਸ ਮੁਸ਼ਕਿਲ ਦੇ ਵਿੱਚ ਕੀਤੀ ਜਿਸ ਤਰ੍ਹਾਂ ਵੀ ਕੀਤੀ ਉਹਨਾਂ ਚੋਂ ਕਈ ਵਾਪਸ ਆ ਰਹੇ ਨੇ ਕਈ ਆਉਣਾ ਚਾਹੁੰਦੇ ਨੇ ਕਈ ਆਪਣੇ ਮਾਮਲੇ ਦੱਸਦੇ ਨੇ ਆਪਣੀਆਂ ਕੁਰਬਾਨੀਆਂ ਗਣਵਾਉਂਦੇ ਨੇ ਆਪਣੇ ਨੁਕਸਾਨ ਗਣਵਾਉਂਦੇ ਨੇ ਵੀ ਸਾਡਾ ਇਹਨਾਂ ਨੂੰ ਨੁਕਸਾਨ ਹੋਇਆ ਹੈ ਕਿਤੇ ਇਮਰਾਨ ਖਾਨ ਨੂੰ ਭਰਨਾ ਨਾ ਪੈ ਜਾਏ ਕਿਉਂਕਿ ਕਈ ਬੰਦਿਆਂ ਦਾ ਦੇਨ ਹੈ ਇਹਨਾਂ ਨੂੰ ਨੁਕਸਾਨ ਉਹਨਾਂ ਦੱਸ ਦਿੱਤਾ ਹੈ ਵੀ ਇਹ ਉਹਨੇ ਪੈਸੇ ਇਮਰਾਨ ਖਾਨ ਨੂੰ ਭਰਨੇ ਪੈ ਗਏ ਜੇ ਉਹਨਾਂ ਦਾ ਨੁਕਸਾਨ ਹੈ ਤੇ ਕੰਮ ਖਰਾਬ ਹੋ ਜਾਣਾ ਤੇ ਬਹਰਲ ਮੁਖਤਸਰ ਗੱਲ ਇਹ ਹੈ ਕਿ ਆਇਸ਼ਾ ਅਰਗੀਆਂ ਤੀਆਂ ਜਿਹੜੀਆਂ ਉਹਨਾਂ ਨੇ ਕਦੀ ਉਫ ਵੀ ਨਹੀਂ ਕੀਤਾ ਨਾ ਜੇਲ੍ਹ ਚ ਰਹਿੰਦੇ ਆ ਨਾ ਬਾਹਰ ਆ ਕੇ ਕਦੀ ਇਹ ਵੀ ਨਹੀਂ ਦੱਸਿਆ ਤੁਸੀਂ ਕਦੇ ਨਹੀਂ ਸੁਣਿਆ ਹੋਏਗਾ ਖਦੀਜਾ ਸ਼ਾਹ ਨੇ ਦੱਸਿਆ ਹੋਏਗਾ ਮੇਰੇ ਕਾਰੋਬਾਰ ਦਾ ਇਹਨਾਂ ਨੂੰ ਨੁਕਸਾਨ ਹੈ ਕਦੇ ਨਹੀਂ ਖਦੀਜਾ ਸ਼ਾਹ ਦੇ ਮੂੰਹ ਚ ਤੁਸੀਂ ਸੁਣਿਆ ਹੋਏਗਾ ਕਦੇ ਤੁਸੀਂ ਆਇਸ਼ਾ ਪੁੱਟਾ ਦੇ ਮੂੰਹ ਚ ਨਹੀਂ ਸੁਣਿਆ ਹੋਏਗਾ ਕਦੇ ਤੁਸੀਂ ਰੁਬੀਨਾ ਜਮੀਲ ਸਾਹਾ ਦੇ ਮੂੰਹ ਚ ਨਹੀਂ ਸੁਣਿਆ ਹੋਏਗਾ ਕਿ ਇਹ ਮੇਰੇ ਨਾਲ ਐ ਹੋਇਆ ਮੇਰੇ ਨਾਲ ਐ ਤੱਕਾ ਹੋਇਆ ਮੇਰੇ ਨਾਲ ਐ ਜ਼ਿਆਤੀ ਹੋਇਆ ਸਬਰ ਸ਼ੁਕਰ ਦੇ ਨਾਲ ਸਾਰੀ ਕਿਆਮਤ ਉਹਨਾਂ ਚੋਂ ਉਹਨਾਂ ਦੇ ਉੱਤੇ ਲੰਘ ਗਈ ਤੇ ਉਹਨਾਂ ਬਰਦਾਸ਼ਤ ਕਰ ਲਈ ਏ ਅਸਲ ਦੇ ਵਿੱਚ ਇਹੀ ਤੁਸੀਂ ਸਾਡਾ ਫਖਰ ਹੋ ਤੁਹਾਨੂੰ ਸਲਾਮ ਹੈ ਤੁਸੀਂ ਮੇਰੀਆਂ ਭੈਣਾ ਹੋ ਤੁਸੀਂ ਮੇਰੀਆਂ ਮਾਵਾਂ ਹੋ ਤੁਹਾਨੂੰ ਮੇਰਾ ਮੇਰਾ ਸਾਰਿਆਂ ਨੂੰ ਬੜਾ ਸਲਾਮ ਹੈ ਔਰ ਮੈਨੂੰ ਫਖਰ ਹੈ ਤੁਹਾਡੇ ਉੱਤੇ ਕਿ ਤੁਸੀਂ ਸੀ ਨਹੀਂ ਕੀਤੀ ਨਾ ਕੋਈ احسان جتایا ਤੇ ਆਪਣਾ ਫਰਜ਼ ਸਮਝ ਕੇ ਇਸ ਕੰਮ ਨੂੰ ਇੱਕ ਕੁਰਬਾਨੀ ਦਿੱਤੀ ਇਹ ਕੌਮ ਸੱਚੀ ਗੱਲ ਹੈ ਤੁਹਾਡੀ ਮਕਰੂਜ਼ ਹੈ ਅੱਛਾ ਜੀ ਅਗਲੀ عمر ਸਰਫਰਾਜ਼ 치ਮਾ ਸਾਹਿਬ ਦੀ ਕੈਦ ਕਦੋਂ ਖਤਮ ਹੋਏਗੀ ਉਹ ਵੀ ਬੜਾ ਦਲੇਰ ਹੈ ਮੈਂ ਤੇ ਉਹਨੂੰ ਸੂਰਮਾ ਆਖਿਆ ਹੋਇਆ ਪੰਜਾਬ ਦਾ ਤੁਹਾਨੂੰ ਪਤਾ ਹੈ ਉਹਤੇ ਵੀਲੌਗ ਵੀ ਕੀਤੇ ਨੇ ਉਹ ਵੀ ਬਗੈਰ ਬੋਲੇ ਹੋ ਬਗੈਰ ਕੁਸਕਿਉਂ ਜਨੂੰ ਪੰਜਾਬੀ ਚਾਹੁੰਦੇ ਨੇ ਬਗੈਰ ਕੋਈ ਹੌਕਾ ਲਿਓ ਬਗੈਰ ਕੋਈ ਤਤਾਸਾ ਲਿਓ ਉਹ ਵੀ ਚੁੱਪ ਕਰਕੇ ਆਪਣੀ ਜਿਹੜੀ ਹੈ ਨਾ ਵਫਾਦਾਰੀ ਨਿਭਾ ਰਿਹਾ ਤੇ ਚੁੱਪ ਕਰਕੇ ਜੇਲ੍ਹ ਕੱਟ ਰਿਹਾ Imran Khan ਦੇ ਖਿਲਾਫ ਦਸਤਖਤ ਕਰਨ ਨੂੰ ਤਿਆਰ ਨਹੀਂ Imran Khan ਦੇ ਖਿਲਾਫ ਬਿਆਨ ਦੇਣ ਨੂੰ ਤਿਆਰ ਨਹੀਂ ਚੀਮਾ ਸਾਹਿਬ ਨੂੰ ਚੀਮਾ ਸਾਹਿਬ ਦੀ ਬੀਗਮ ਸਾਡੀ ਭੈਣ ਜਿਹੜੀ ਹੈ ਉਹ ਵੀ ਡਟ ਕੇ ਚੀਮਾ ਸਾਹਿਬ ਦੇ ਮੁਕਦਮੇ ਲੜ ਰਹੀ ਹੈ ਰਾਬਿਆ ਬਾਜੀ ਸਾਹਿਬਾ ਜਿਹੜੀਆਂ ਨੇ ਤੇ ਮੇਰਾ ਉਹਨਾਂ ਨੂੰ ਵੀ ਸਲਾਮ ਹੈ ਚੀਮਾ ਸਾਹਿਬ ਨੂੰ ਵੀ ਸਲਾਮ ਹੈ ਉਸ ਪੂਰੇ ਟੱਬਰ ਨੂੰ ਸਲਾਮ ਹੈ ਕਿ ਬੜਾ ਜ਼ਬਰਦਸਤ ਤਰੀਕੇ ਨਾਲ ਤੇ ਨਾਲ ਸਾਡੇ ਜ਼ਾਹਿਰ ਹੈ ਮਹਿਮੂਦੁਰ ਰਸ਼ੀਦ ਸਾਹਿਬ ਸਾਡੇ ਸਾਡੇ ਸੈਨੀਟਰ ਇਜਾਦ ਸਾਹਿਬ ਇਸੇ ਤਰੀਕੇ ਨਾਲ ਸਾਡੇ ਜਿਹੜੇ ਦੂਸਰੇ ਦੋਸਤ ਜੇਲਾਂ ਦੇ ਵਿੱਚ ਬੰਦ ਨੇ ਸਾਰੇ ਦੇ ਸਾਰੇ ਇਸ ਵੇਲੇ ਤੱਕ ਵੀ ਯਾਸਮੀਨ ਰਾਸ਼ਦ ਸਾਹਿਬ ਸਰਮ ਜਵੇਦ आलिया ਹਮਜ਼ਾ ਇਹ ਸਾਰੇ ਲੋਕ ਹੀ ਸਾਡੇ ਖਰਾਜ ਤਸੀਨ ਦੇ ਬਹੁਤ ਜ਼ਿਆਦਾ ਜਿਹੜੇ ਨੇ ਨਾ ਅਸੀਂ ਇਹਨਾਂ ਦੇ ਮੁਤਕਦ ਵੀ ਆ ਅਸੀਂ ਜਨਾਬ ਇਹਨਾਂ ਦੀ ਇੱਜ਼ਤ ਵੀ ਕਰਦੇ ਆ ਇhtram ਵੀ ਕਰਦੇ ਆ ਅੱਜ ਜੀ ਖਵਾਜਾ ਸਾਦ ਰਫੀਕ ਸਾਹਿਬ ਨੂੰ ਫੇਰ ਕੋਈ ਮਰਖਲ ਇਹਨਾਂ ਨੂੰ ਚੜੇਲਾ ਚਿੰਮੜ ਗਈਆਂ ਨੇ ਆਪਣੇ ਆਪ ਨੂੰ ਵੈਸੇ ਤੇ ਬੜਾ ਇਹ ਜਮਹੂਰੀ ਪਸੰਦ ਕਹਿੰਦੇ ਨੇ ਫੇਰ ਫੇਰ ਉਹਨਾਂ ਨੂੰ ਹਲਾ ਭਰਾ ਥੱਲੇ ਬਣਾਇਆ ਉਹਨਾਂ ਮਨਿਸਟਰ ਲੈ ਕੇ ਮੈਨੂੰ ਲੱਗਦਾ ਉਹ ਰਾਣਾ ਸਾਹਿਬ ਨੂੰ ਬਣਾਇਆ ਨਾ ਉੱਤੇ ਸਿਆਸੀ ਰਾਣਾ ਸੁਨਾਉਲਾਹ ਸਾਹਿਬ ਨੂੰ ਬਣਾ ਦਿੱਤਾ ਉਹਨਾਂ ਸਿਆਸੀ ਅਮੂਰ ਦਾ مشیر ਸ਼ਬਾਸ਼ ਸ਼ੀਵ ਦਾ ਪਰ ਉਹਨਾਂ ਬਣਦਿਆ ਹੀ ਨਵੀਂ ਖੱਚ ਮਾਰ ਦਿੱਤੀ ਉਹ ਕੀ ਮਾਰੀ ਉਹ ਤੁਹਾਨੂੰ ਦੱਸਦਾ ਮੈਂ ਵਹਰਲ ਇਹ 사드 ਰਫੀਕ ਸਾਹਿਬ ਨੇ ਨਮਾ ਕਿਹਾ ਉਹਨਾਂ ਜੀ ਇਹ ਜਿਹੜੇ ਬਲਵਾਈ ਨੇ ਨਾ ਬਲਵਾਈ ਆਖ ਦਿੱਤਾ ਉਹਨਾਂ ਨੇ ਬਲਵਾਈ ਬੜਾ ਭੈੜਾ ਲਫ਼ਜ਼ ਹੁੰਦਾ ਹੈ ਕਿਸੇ ਸਿਆਸੀ ਜਮਾਤ ਨੂੰ ਆਖਣਾ ਉਹਨਾਂ ਕਿਹਾ ਜਿਹੜੇ 9 ਮਈ ਦੇ ਬਲਵਾਈ ਦੇ ਨਾ ਇਹਨਾਂ ਇੰਤਿਸ਼ਾਰ ਫੈਲਾਇਆ ਤੇ ਇਕਤਦਾਰ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਤੇ ਇਹਨਾਂ ਦੇ ਇਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਲਓ ਇਹ ਬੰਦਾ ਆਪਣੇ ਆਪ ਨੂੰ ਜਮਹੂਰੀਅਤ ਪਸੰਦ ਸਿਆਸਤਦਾਨ ਆਖਦਾ ਹੈ ਇਹਨੂੰ ਪਤਾ ਹੈ ਇਹਦੇ ਜ਼ਮੀਰ ਨੂੰ ਪਤਾ ਇਹਨੂੰ ਕੀ ਪਤਾ ਯਾਰ ਇਹਨਾਂ ਦੀ ਆਪਣੀ ਪਾਰਟੀ ਆਖ ਰਹੀ ਹੈ ਏ ਤੁਹਾਡੇ ਸਾਹਮਣੇ ਜਵੈ ਲਤੀਫ ਸਾਹਿਬ ਨੇ ਆਖਿਆ ਕਿ ਇਹ ਸਾਰਾ ਕੁਝ ਮੌਸਨ ਅਕਵੀ ਨੇ ਕਰਵਾਇਆ ਸੀ ਤੇ ਮੌਸਨ ਅਕਵੀ ਦੇ ਪਿੱਛੇ ਚੌਰੀ ਨizamdin ਹੈ ਸਾਰਿਆਂ ਨੂੰ ਪਤਾ ਹੈ ਤੇ ਆਪ ਪਤਾ ਹੈ ਖਵਾਜਾ ਸਾਹਿਬ ਨੂੰ ਕਿ ਇਹ ਝੂਠਾ ਸੀ ਸਾਰਾ ਕੁਝ ਅਗਰ ਇਹ ਵਾਕਈ ਸਿਆਸੀ ਵਰਕਰ ਹੁੰਦੇ ਨਾ ਨਾ ਜਿ ਰਮਕ ਵੀ ਹੁੰਦੀ ਸਿਆਸੀ ਵਰਕਰ ਹੋਣ ਦੀ ਤੇ ਇਹ ਕਹਿੰਦੇ ਕਿ ਬਈ ਆ ਜਿਹੜਾ 9 ਮਈ ਦਾ ਤੱਕਾ ਸੀ ਜਿਹੜਾ ਹੋ ਗਿਆ ਬੜਾ ਬੁਰਾ ਹੋਇਆ ਹੁਣ ਇਹ ਸਾਰੇ ਜਿਹੜੇ ਮਾਸੂਮ ਜੇਲ੍ਹਾਂ ਜਿਹਨਾਂ ਨੂੰ ਛੱਡੋ ਉਫ ਫੇਰ ਆਂਦਾ ਦੂਰ ਪਾਓ ਫੇਰ ਇਹਨਾਂ ਨੂੰ ਕੁਝ ਕਰੋ ਤੇ ਕੱਲ ਨੂੰ ਭਾਈ ਉਹਨੇ ਆਖਣਾ ਮੈਨੂੰ ਸਿਆਸੀ ਵਰਕਰ ਵੀ ਸਮਝੋ ਮੇਰੀ ਇੱਜ਼ਤ ਵੀ ਕਰੋ ਮੇਰੇ ਨਾਲ ਇhtaram ਨਾਲ ਵੀ ਗੱਲ ਕਰੋ ਮੈਨੂੰ ਕੋਈ ਟਾਊਟ ਸ਼ਾਊਟ ਸਮਝ ਕੇ ਜਾਂ ਉਸ ਤਰੀਕੇ ਨਾਲ ਮੇਰੇ ਬਾਰੇ ਗੱਲ ਨਾ ਕਰੋ ਹੁਣ ਦੱਸੋ ਖਾਜਾ ਸਾਹਿਬ ਅਸੀਂ ਤੇ ਤੁਹਾਡਾ ਇhtaram ਕਰਨਾ ਚਾਹੁੰਨੇ ਪਰ ਇਹ ਗੱਲਾਂ ਇੱਕ ਸਿਆਸੀ ਵਰਕਰ ਨੂੰ ਜ਼ੇਬ ਦਿੰਦੀਆਂ ਨਹੀਂ ਜਿਹੜੀਆਂ ਤੁਸੀਂ ਕਰਨ ਰਹੇ ਹੋ ਇਹ ਜ਼ੇਬ ਨਹੀਂ ਦਿੰਦੀਆਂ ਜਰਾ ਧਿਆਨ ਮਾਰਨਾ ਜਰਾ ਝਾਤੀ ਮਾਰਨਾ ਆਪਣੇ ਗਰੀਬਾਂ 'ਚ ਝਾਤੀ ਮਾਰਨਾ ਤੁਹਾਨੂੰ ਸਮਝ ਆਏਗਾ ਕਿ ਸਿਆਸੀ ਆਦਮੀ ਇਹੋ ਜੀ ਗੱਲ ਕਰ ਨਹੀਂ ਸਕਦਾ ਅੱਛਾ ਜੀ ਰਾਣਾ ਸਨਾਉਲਾ ਸਾਹਿਬ ਨੂੰ ਲਾਤਾ ਹੈ ਮਸ਼ੀਰ ਤੇ ਮਸ਼ੀਰ ਲੱਗਦੇ ਆ ਉਹਨਾਂ ਪਹਿਲੀ ਖਾਚੇ ਮਾਰੀ ਹੈ ਕਿ ਜਿਹੜਾ ਪੀਟੀਆਈ ਦਾ ਸੋਸ਼ਲ ਮੀਡੀਆ ਉਹ ਵੈਸੇ ਸੋਸ਼ਲ ਮੀਡੀਆ ਆਖਦੇ ਨੇ ਉਹ ਮੈਨੂੰ ਨਹੀਂ ਪਤਾ ਜਾਣ ਕੇ ਆਖਦੇ ਨੇ ਕਿਤੇ ਕੋਈ ਦੰਦ ਸ਼ੰਦ ਦੇ ਵਿੱਚੋਂ ਹਵਾ ਨਿਕਲ ਕੇ ਉਹ ਸੀਨ ਦੇ ਸਾਂ ਸ਼ੀਨ ਨਿਕਲ ਜਾਂਦੀ ਹੈ ਫੈਸਲਾਬਾਦ ਦੀ ਟੱਚ ਤੇ ਵੈਸੇ ਨਹੀਂ ਬਣਦਾ ਫੈਸਲਾਬਾਦ ਵਾਲੇ ਤੇ ਸੀਨ ਔਰ ਸ਼ੇਦਾ ਰੌਲਾ ਫੈਸਲਾਬਾਦ ਵਾਲਿਆਂ ਦਾ ਕੋਈ ਨਹੀਂ ਹੈਗਾ ਪੂਰੀ ਭਰ ਕੇ ਸੀਨ ਵੀ ਆਂਦੇ ਨੇ ਤੇ ਸ਼ੀਨ ਵੀ ਆਂਦੇ ਨੇ ਤੇ ਵੈਸੇ ਸ਼ਬਾਸ਼ਰੀ ਉਹ ਠੀਕ ਕਹਿੰਦੇ ਨੇ ਪੂਰਾ ਤੇ ਇਸੇ ਨਾ ਇੱਦਾਂ ਦਾ ਸੀਨ ਦੇ ਨਾਲ ਨਾ ਆ ਉਹ ਵੀ ਸਿਆਸਤ ਵੀ ਉਹ ਠੀਕ ਕਹਿੰਦੇ ਨੇ ਉਹਨੂੰ ਸਿਆਸਤ ਨਹੀਂ ਕਹਿੰਦੇ ਲੇਕਿਨ ਇਹ ਸੋਸ਼ਲ ਮੀਡੀਆ ਨੂੰ ਸੋਸ਼ਲ ਮੀਡੀਆ ਕਿਉਂ ਕਹਿੰਦੇ ਨੇ ਇਹ ਮੈਨੂੰ ਨਹੀਂ ਪਤਾ ਇਹ ਰਾਣਾ ਸਾਹਿਬ ਵੀ ਦੱਸਣਗੇ ਬੜੇ ਵੱਡੇ ਤੁਹਾਨੂੰ ਪਤਾ ਉਹ ਵੀ ਸਾਇੰਸਦਾਨ ਨੇ ਔਰ ਤੁਹਾਨੂੰ ਪਤਾ ਹੈ ਕਿ ਪਿਛਲੀ ਉਮਰ ਚ ਆਇਆ ਉਹਨਾਂ ਦੀ ਦੂਸਰੀ ਜ਼ਿੰਦਗੀ ਹੈ ਜਿਹੜੀ ਪਿਛਲੀ ਜ਼ਿੰਦਗੀ ਸੀ ਉਹਦੇ ਵਿੱਚ ਬਰਮਾ ਦੇ ਜੰਗਲਾਂ ਦੇ ਵਿੱਚ ਬੜੀ ਤਪੱਸਿਆ ਕਰਦੇ ਰਹੇ ਨੇ ਰਾਣਾ ਸਾਹਿਬ ਪਰ ਰਾਣਾ ਸਾਹਿਬ ਜਿਹੜੀ ਨਵੀਂ ਖੱਚ ਮਾਰੀ ਉਹਨਾਂ ਕਿਹਾ ਜੀ ਇਹ ਜਿਹੜਾ ਸੋਸ਼ਲ ਮੀਡੀਆ ਨਾ Imran Khan ਦੇ ਕੋਲ ਜਿੱਦ ਵਿੱਚ ਤਗੜਾ ਹੈ ਇਹ ਜਰਨਲ ਆਸਮ ਸਲੀਮ ਬਾਜਵਾਰੀ ਉਹਨਾਂ ਨੂੰ ਦਿੱਤਾ ਬਣਾ ਕੇ ਤੇ ਨਾਲ ਜਰਨਲ ਆਸਮ ਗਫੂਰ ਸਾਹਿਬ ਦਿੱਤਾ ਹੈ ਤੇ ਮੈਂ ਕਿ اردو ਵੀਲੌਗ ਚ ਵੀ ਕਿਹਾ ਵੀ ਭਾਈ ਜੀ ਚੌਰੀ ਨਦਾਮਦੀਨ ਤੁਹਾਡੀ ਇਨੀ ਯਾਰੀ ਹੈ ਤੁਹਾਨੂੰ 17 ਸੀਟਾਂ ਤੇ ਵਜ਼ੀਰ ਆਜ਼ਮ ਬਣਾਤਾ 38 ਤੇ ਥੀਫ ਮਿਨਿਸਟਰ ਬਣਾਉਂਦੀ ਤੁਹਾਡੇ ਵਰਗੇ ਹਾਰੇ ਹੋਏ ਬੰਦੇ ਨੂੰ ਜਿਹੜਾ ਉਹ مشیر लाਤਾ ਜਵੇਲ ਲਤੀਫ ਇਕੱਲਾ ਹੀ ਰਹਿ ਗਿਆ ਉਹਨੂੰ ਵੀ ਬਣਾ ਦੇਣਗੇ ਚਲੋ ਆਪਣਾ ਖਵਾਜਾ ਸਾਹਿਬ ਦੇ ਤੇ ਨਿੱਕੇ ਭਰਾ ਨੂੰ ਵਜ਼ੀਰ ਬਣਾਇਆ ਹੀ ਹੈ ਉਹਨਾਂ ਨੂੰ ਵੀ ਕੁਝ ਨਾ ਕੁਝ ਕਾਰ ਹੀ ਦੇਣਗੇ ਆਸਰਾ ਤੇ ਮੈਨੂੰ ਇਹ ਦੱਸੋ ਕਿ ਤੁਸੀਂ ਭਾਈ ਜੀ ਈ ਤੁਸੀਂ ਚੌਰੀ ਨizamuddin ਕੋਲ ਆਪਣਾ ਹੀ ਸੋਸ਼ਲ ਮੀਡੀਆ ਬਣਵਾ ਲਓ ਜੇ ਅਜੇ ਵੀ ਆਸਮ ਕਪੂਰ ਸਾਹਿਬ ਨੌਕਰੀ ਕਰਦੇ ਨੇ ਆਸਮ सलीम ਬਾਜਵਾ ਸਾਹਿਬ ਵੀ ਕਮਰ ਜਵੇਦ ਬਾਜਵਾ ਸਾਹਿਬ ਦੇ ਬੜੇ ਕਰੀਬ ਨੇ ਉਹਨਾਂ ਨੂੰ ਕਹਿ ਕੇ ਤੇ ਸੋਸ਼ਲ ਮੀਡੀਆ ਬਣਵਾ ਲਓ ਖਾਪੀ ਇਹ ਮੈਂ ਤੁਹਾਨੂੰ ਸਿਰਫ ਇਹ ਦੱਸ ਦਿਆਂ ਵੀ ਜਦੋਂ ਇਹ ਦੋਵੇਂ ਦੋਸਤ ਇੱਕ ਬਰਗੇਡੀਅਰ ਤੇ ਦੂਸਰੇ ਕਰਨਲ ਸਾਹਿਬ ਸਨ ਨਾ ਉਸ ਵੇਲੇ ਪਾਕਿਸਤਾਨ ਤਰੀਕੇ ਇਨਸਾਫ ਦੇ ਜਿਹੜੇ ਮੁੰਡੇ ਸਨ ਨਾ ਜਿਨ੍ਹਾਂ ਨੂੰ Imran Khan ਆਂ ਦਾ ਵੀ ਬੜੇ ਤਗੜੇ ਮੁੰਡੇ ਨੇ ਕੁੜੀਆਂ ਵੀ ਨੇ ਉਹ ਵੀ ਮੁੰਡੇ ਹੀ ਨੇ ਸਾਡੇ ਉਹ ਵੀ ਸਾਡੇ ਸਾਡੇ ਮੁੰਡੇ ਵੀ ਕੁੜੀਆਂ ਨੇ ਤੇ ਸਾਡੀਆਂ ਕੁੜੀਆਂ ਵੀ ਮੁੰਡੇ ਨੇ ਮਤਲਬ ਇਹ ਉਹ ਜਿਵੇਂ ਮਿਹਨਤ ਕਰਦੇ ਨੇ ਤੇ ਉੱਥੇ ਕੋਈ ਜੈਂਡਰ ਨਹੀਂ ਹੈਗਾ ਤਗੜੇ ਮੁੰਡੇ ਤੇ ਤਗੜੇ ਕੁੜੀਆਂ ਨੇ ਉਹ ਉਹਨਾਂ ਨੇ ਉਸ ਵੇਲੇ ਛੰਡੇ ਗੱਡ ਦਿੱਤੇ ਸਨ ਸੋਸ਼ਲ ਮੀਡੀਆ ਦੇ ਉੱਤੇ ਔਰ ਹਰਾ ਕੇ ਪਾਸੇ ਕਰ ਦਿੱਤਾ ਸੀ ਸਾਰਿਆਂ ਨੂੰ ਤੇ ਬਹਰਲ ਤੁਸੀਂ ਦੂਸਰੇ ਲਫਜ਼ਾਂ ਜੀ ਕਹੋ ਵੀ ISPR ਨੇ ਬੜੀ ਮਦਦ ਕੀਤੀ ਸੀ ਪਾਕਿਸਤਾਨ ਤਹਿਰੀਕ ਇਨਸਾਫ ਦੇ ਮੁੰਡਿਆਂ ਨੇ ਐ ਫਿਫਥ ਜਨਰੇਸ਼ਨ ਵਾਰ ਦੇ ਵਿੱਚ ਤੇ ਉਧਰੋਂ ਇਧਰ ਨੂੰ ਨਹੀਂ ਆਇਆ ਕੰਮ ਇਧਰੋਂ ਉਧਰ ਨੂੰ ਗਿਆ ਹੋਇਆ ਬਹਰਲ ਜੇ ਤੁਹਾਨੂੰ ਫੇਰ ਵੀ ਲੱਗਦਾ ਹੈ ਤੇ ਰਾਣਾ ਸਾਹਿਬ ਲੱਗ ਗਈ ਇਹ ਕੰਮ ਸਾਰਾ ਤੁਸੀਂ ਉਹਨਾਂ ਦੇ ਕੋਲ ਇਨਾ ਕੁਝ ਹੀ ਲੈ ਲਿਆ ਤੇ ਸੋਸ਼ਲ ਮੀਡੀਆ ਵੀ ਲੈ ਲਓ ਅੱਛਾ ਜੀ ਅੱਗੇ ਚੱਲਦੇ ਜੀ ਅੱਗੇ ਇੱਕ ਸਾਫੀ ਹੈ ਅੱਜਕੱਲ ਉਹ ਆਂਦੇ ਆਪਣੇ ਆਪ ਨੂੰ ਸਾਫੀ ਨੇ ਕੀ ਕਰੀ ਹੁਣ ਯਾਰ ਬਾਈ ਵਾਲਿਆਂ ਨੇ ਵੀ ਮਾਇਆ ਨਾਲ ਸਾਫੀਆਂ ਦੇ ਨਾਲ ਬਾਛੜਿਆ ਉਹਨਾਂ ਨੂੰ ਚੌਧਰੀ ਗੁਲਾਮ ਸਿੰਘ ਮੈਂ ਤੇ ਉਹਨਾਂ ਦਾ ਬੜਾ ਅਦਬ ਕਰਨਾ ਹੈ ਤੇ ਇਸੇ ਤਰੀਕੇ ਨਾਲ ਖਾਬਰ ਕੁਮਨ ਸਾਹਿਬ ਉਹਨਾਂ ਦੇ ਮੈਂ ਅਦਬ ਕਰਦਾ ਦੋਵੇਂ ਬੜੇ ਪੱਕੇ ਸਾਹੀ ਨੇ ਪਰ ਉਹਨਾਂ ਦੇ ਨਾਲ ਇੱਕ ਸਟੱਪਣੀ ਲਾਤੀ ਉਹਨਾਂ ਨੇ ਅਮਰੀਕਾ ਜਿਹਦੇ ਬਾਹਰ ਵਾਲੇ ਮੁਲਕਾਂ 'ਚ ਲੋਕਾਂ ਨੂੰ ਪਤਾ ਪਾਕਿਸਤਾਨ 'ਚ ਇੱਕੋ ਸਾਈਜ਼ ਦੀ ਸਟੱਪਣੀ ਹੁੰਦੀ ਨਾ ਅਮਰੀਕਾ ਇਸ ਸਟੱਪਣੀ ਦਾ ਨਿੱਕੇ ਸਾਈਜ਼ ਦੀ ਲਾਉਂਦੇ ਨੇ ਤਾਂ ਕਿ ਉਹਨੂੰ ਨਾ ਚਾੜੀ ਫਿਰਨ ਪਾਕਿਸਤਾਨ 'ਚ ਸਟੱਪਣੀ ਇੱਕ ਵਾਰੀ ਚਾਰ ਲੈਂਦੇ ਨੇ ਸਪੇਅਰ ਟਾਇਰ ਜਿਵੇਂ ਅਸੀਂ ਸਟੱਪਣੀ ਆਖ ਨੇ ਉਹ ਇੱਕ ਵਾਰੀ ਚਾਰ ਲੈਂਦੇ ਨੇ ਤੇ ਉਹ ਹੀ ਚੱਲਦੀ ਰਹਿੰਦੀ ਹੈ ਲੇਕਿਨ ਅਮਰੀਕਾ ਦੇ ਵਿੱਚ ਨਾ ਸਟੱਪਣੀ ਛੋਟੀ ਲਾ ਦਿੰਦੇ ਨੇ ਉਬਰ ਗੱਡੀ ਇੱਕ ਪਾਸੇ ਲਿਖੀ ਹੁੰਦੀ ਉਹ ਤਾਂ ਕਿ ਤੁਸੀਂ ਸਿਰਫ ਜਿਹੜਾ ਉਹ ਚਲਾ ਵੀ ਤੁਸੀਂ ਜਿਹੜਾ ਨਾ ਉਹ ਸਟਾਇਰ ਨੂੰ ਫਿਰ ਕੋਈ 40 50 ਕਿਲੋਮੀਟਰ ਤੋਂ ਜ਼ਿਆਦਾ ਸਪੀਡ ਤੇ ਗੱਡੀ ਨਹੀਂ ਭਜਾ ਸਕਦੇ ਉਹਦਾ ਮਕਸਦ ਹੀ ਹੁੰਦਾ ਹੈ ਕਿ ਇਹ ਨਵਾਂ ਟਾਇਰ ਪਾਓ ਤੇ ਇਹਨੂੰ ਬਸ ਉੱਥੋਂ ਤੱਕ ਲੈ ਕੇ ਜਾਓ ਸਪੇਅਰ ਟਾਇਰ ਦਾ ਮਕਸਦ ਹੀ ਇਹ ਹੁੰਦਾ ਹੈ ਬਹਰਲ ਉਸ ਆਪਣੀ ਨਿੱਕੀ ਸਟਪਣੀ ਜਿਹੜੀ ਨਾ ਉਹ ਖਾਬਰ ਘੁੰਮਣ ਸਾਹਿਬ ਔਰ ਚੋਰੀ ਗੁਲਾਮ ਸਾਹਿਬ ਨੂੰ ਲਾਤੀ ਉਹ ਕੀ ਆਂਦੇ ਨੇ ਉਹਨਾਂ ਦੀ ਜਰਾ ਸੁਣੋ ਕੀ ਆਖਦੇ ਨੇ ਭਾਈ ਉਹਨੇ ਆਪ ਮੁਝੇ ਕੈਮਰਾ ਲਗਾਉਣੇ ਦਾ ਮਕਸਦ ਬਤਾ ਦੇ ਕਿ ਕੀ ਮਕਸਦ ਹੈ ਸਰਵੇਲੈਂਸ ਤਾਂ ਦੁਨੀਆ ਮੇ ਹੁੰਦੀ ਨਹੀਂ ਸਰਵੇਲੈਂਸ ਕਿਸੇ ਕੇ ਬੈਡਰੂਮ ਮੇ ਜੀ ਬੈਡਰੂਮ ਮੇ ਵੀ ਕਰਦੇ ਹੈ ਇੱਕ ਮੈਰਿਟ ਕਪਲ ਕੇ ਬੈਡਰੂਮ ਮੇ ਸਰਵੇਲੈਂਸ ਆਪ ਸੇ ਇਹ ਕਾਬਲੇ ਮੁਜ਼ਮਤ ਹੈ ਇਹ ਹਰ ਚੀਜ਼ ਕੋ ਕੰਡੈਮ ਕਰਨਾ ਚਾਹੀਏ ਲੇਕਿਨ ਪਰਪਸ ਤਾਂ ਸਰਵੇਲੈਂਸ ਹੈ ਨਾ ਸੁਣ ਲਿਆ ਜੇ ਉਹ ਆਂਦੇ ਨੇ ਕਿ ਬੈਡਰੂਮ ਦੇ ਵਿੱਚ ਜਿਹੜੇ ਕੈਮਰੇ ਨੇ ਨਾ ਉਹ ਲਾਣੇ ਬੜੇ ਜ਼ਰੂਰੀ ਨੇ ਤੇ ਉਹ ਲਾਣੇ ਚਾਹੀਦੇ ਨੇ ਤੇ ਉਹਨਾਂ ਦੇ ਨਾਲ ਸਰਵੇਲੈਂਸ ਹੁੰਦੀ ਹੈ ਮੇਰਾ ਤਾਂ ਖਿਆਲ ਚਾਰ ਪੰਜ ਭਾਈ ਹੋਰਾਂ ਦੇ ਵੀ ਲਾ ਦਿਓ ਭਾਬੀ ਸਾਹਿਬਾਂ ਨੂੰ ਭਾਵੇਂ ਪੁੱਛ ਕੇ ਇਜਾਜ਼ਤ ਲੈ ਕੇ ਹੀ ਲਾ ਦਿਓ ਔਰ ਦੂਸਰਾ ਭਾਈ ਹੋਰਾਂ ਨੂੰ ਬਾਕੀ ਇਹਨਾਂ ਤੇ ਸਾਰੇ ਜਿੰਨੇ ਰਿਸ਼ਤੇਦਾਰ ਨੇ ਨਾ ਸਾਰਿਆਂ ਦੇ ਕਮਰਿਆਂ 'ਚ ਬੈਡਰੂਮਾਂ 'ਚ ਵੀ ਲਾ ਦਿਓ ਤਾਂ ਕਿ ਇਹਨਾਂ ਨੂੰ ਉਹਦਾ ਕਨੈਕਸ਼ਨ ਵੀ ਦੇ ਦਿਓ ਤਾਂ ਕਿ ਇਹ ਵੀ ਸਰਵਲੈਂਸ ਰੱਖਣਾ ਕੋਈ ਇਹਨਾਂ ਦਾ ਭਰਾ ਕੋਈ ਹੋਰ ਲੈਣ ਦੇਣ ਵਾਲਾ ਜਿਹੜਾ ਬੰਦਾ ਹੈ ਉਹ ਕੰਮ ਖਰਾਬ ਨਾ ਕਰਦਾ ਹੋਵੇ ਇਹਨਾਂ ਦੀ ਨਜ਼ਰ ਰਵੇ ਉਹ ਸਾਰੀ ਗੱਲ ਦੇ ਉੱਤੇ ਪੂਰੀ ਮੁਕੰਮਲ ਕੇ ਭਾਈ ਸਰਵਲੈਂਸ ਹੋਣੀ ਚਾਹੀਦੀ ਹੈ ਤੇ ਮੇਰੇ ਖਿਆਲ ਇਹ ਪੂਰੇ ਟੱਬਰ 'ਚ ਹੀ ਲਾ ਦਿਓ ਇਹਨਾਂ ਦੇ 'ਚ ਕੈਮਰੇ ਇਹਨਾਂ ਦੇ ਇਹਨਾਂ ਕੋਲ ਪੁੱਛ ਕੇ ਹੀ ਤੇ ਇਹਨਾਂ ਨੂੰ ਉਹਦਾ ਕਨੈਕਸ਼ਨ ਵੀ ਦੇ ਦਿ ਯਾਰ ਛਾਵੇਂ ਬਹਿਣਗੇ ਇਹ ਉਹ ਹਾਲ ਹੈ ਭਾਈ ਹੋਰਾਂ ਦਾ ਵੀ ਬੇਸ਼ਰਮੀ ਚ ਵੀ ਇੰਤਹਾ ਹੈ ਬਹਰਲ ਵੀ ਹੌਸਲਾ ਹੈ ਚੌਰੀ ਗੁਲਾਮ हुसैन ਸਾਹਿਬ ਤੁਹਾਡਾ ਤੇ ਹੌਸਲਾ ਹੈ ਆਪਣਾ ਖਾਬਰ ਕੁਮਨ ਸਾਹਿਬ ਦਾ ਤੇ ਹੌਸਲਾ ਹੈ ARY ਦੀ ਮੈਨੇਜਮੈਂਟ ਦਾ ਜਿਨ੍ਹਾਂ ਇਹ ਭਾਈ ਨੂੰ ਵੀ ਸਾਫੀ ਆਖਿਆ ਹੋਇਆ ਤੇ ਐਡਾਡੇ ਸਾਫੀਆਂ ਦੇ ਨਾਲ ਬਾਕੇ ਉਹਨਾਂ ਨੇ ਧੱਕਾ ਕਰਨ ਦੇ ਨੇ ਚਲੋ ਜੀ ਜਿਵੇਂ ਤੁਸੀਂ ਤੁਹਾਡੀ ਮਰਜ਼ੀ ਅੱਛਾ ਜੀ ਅਗਲੀ ਬੜੀ ਇੱਕ ਤੱਤੀ ਖਬਰ ਆਈ ਹੈ ਔਰ ਤੱਤੀ ਖਬਰ ਇਹ ਹੈ ਕਿ ਹੈਲਥ ਡਿਪਾਰਟਮੈਂਟ ਜਿਹੜਾ ਹੈ ਨਾ ਜੀ ਪੰਜਾਬ ਦੇ ਵਿੱਚ ਉਹਨਾਂ ਮੌਜਾਂ ਲਾਈਆਂ ਹਨ ਲਗੀਆਂ ਨੇ ਮੌਜਾਉਣ ਲਈ ਰੱਖੀ ਸੋਹਣਿਆ ਉਹ ਗੱਲ ਬਣੀ ਹੈ ਉਹਨਾਂ ਨੇ ਉਥੇ 70 70 ਲੱਖ ਦੀ ਪ੍ਰਾਈਵੇਟ ਬਿਲਡਿੰਗ ਲਈ ਹੈ ਕਿਰਾਏ ਤੇ 70 ਲੱਖ ਦੀ ਬਿਲਡਿੰਗ ਖਰੀਦੀ ਨਹੀਂ ਕਿਰਾਏ ਤੇ ਜੀ ਹਾਂ 70 70 ਲੱਖ ਕਿਰਾਇਆ ਹੈ ਬਿਲਡਿੰਗ ਦਾ ਇਹ ਖਬਰ ਦੀ ਸਟੋਰੀ ਹੈ ਸਾਡੀ ਨਹੀਂ ਹੈ ਅਸੀਂ ਕੋਲੋਨੀ ਬਣਾਈ 70 70 ਲੱਖ ਰੁਪਇਆ ਬਿਲਡਿੰਗ ਦਾ ਕਿਰਾਇਆ ਜਿਹਨੂੰ ਸਰਕਾਰੀ ਬਿਲਡਿੰਗਾਂ ਮੌਜੂਦ ਨੇ ਤੇ ਉਹ ਸ਼ੇਰ ਬਗਿਆ ਨੇ 70 70 ਲੱਖ ਕਿਰਾਇਆ ਦੇ ਕੇ ਬਿਲਡਿੰਗਾਂ ਲਈਆਂ ਨੇ ਤੇ ਉਹਨਾਂ ਦੇ ਉੱਤੇ ਕੰਮ ਚਲਾ ਰਹੇ ਨੇ ਤੇ ਇਹ ਸੋਚੋ ਜਿਨ੍ਹਾਂ ਨੂੰ ਕਰਾਇਆ ਲੱਭਦਾ ਹੋ ਇਹਨਾਂ ਦੇ ਆਪਣੀ ਹੋਣੇ ਨੇ ਨਾ ਜੇ ਇਸ ਤਰੀਕੇ ਨਾਲ ਦਾਲਵਾਉਂਦੇ ਨੇ ਇਸ ਤਰੀਕੇ ਨਾਲੇ ਕੰਮ ਪਾਉਂਦੇ ਨੇ ਸਾਰਾ ਕੁਝ ਤੇ ਇਹ ਇਹਨਾਂ ਦਾ ਤਰੀਕਾ ਵਾਰਦਾਤ ਹੈ ਜਿਹੜਾ ਕਰਕੇ ਬੜਾ ਖੁਸ਼ ਹੁੰਦੇ ਨੇ ਤੇ ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਤੇ ਤੁਹਾਡੇ ਚਿੱਠੀ ਪੱਤਰ ਰੱਖਣੇ ਨੇ ਥੋੜੇ ਚਿੱਠੀ ਪੱਤਰ ਅੱਜ ਰੱਖਣੇ ਨੇ ਕਿਉਂਕਿ ਵੀ ਲੌਗ ਲੰਮਾ ਹੋ ਜਾਣਾ ਨਹੀਂ ਤੇ ਇਹ ਸਭ ਤੋਂ ਪਹਿਲੇ ਜਿਹੜਾ ਨਾ ਉਹ ਖਬਰ ਹਰੂਨ ਸਾਹਿਬ ਨੇ ਆਖਿਆ ਵੀ ਡਾਕ ਸਾਹਿਬ ਮੈਂ ਇੱਕ ਪ੍ਰਾਈਵੇਟ ਯੂਨੀਵਰਸਿਟੀ ਚ ਪੜਾਉਣਾ ਹੈ ਫੇਮਸ ਯੂਨੀਵਰਸਿਟੀ ਹੈ ਲੌਰ ਦੀ ਔਰ ਜਿਹੜਾ ਮੇਰਾ ਪ੍ਰਾਈਵੇਟ ਨਹੀਂ ਉਹਨਾਂ ਆਖਿਆ ਉਹਨਾਂ ਕਹਿੰਦਾ ਫੇਮਸ ਯੂਨੀਵਰਸਿਟੀ ਆਫ ਲਾਹੌਰ ਮੇਰਾ ਖਿਆਲ ਪ੍ਰਾਈਵੇਟ ਹੀ ਯੂਨੀਵਰਸਿਟੀ ਆਫ ਲਾਹੌਰ ਹੈ ਉਹਨਾਂ ਕਹਿੰਦਾ ਉਹਦੇ ਵਿੱਚ ਜਿਹੜੀ ਮੇਰੀ ਕਲਾਸ ਹੈ ਨਾ ਉਹਦੇ ਵਿੱਚ 34 ਦੀ ਕਲਾਸ ਹੈ 18 ਕੁੜੀਆਂ ਨੇ ਤੇ 16 ਮੁੰਡੇ ਨੇ ਤੇ ਮੁੰਡੇ ਪੜਦੇ ਕੋਈ ਨਹੀਂ ਤੇ ਕੁੜੀਆਂ ਪੜਦੀਆਂ ਨੇ ਹਾਰਡ ਵਰਕਰ ਨੇ ਫੋਕਸ ਨੇ ਤੇ ਉਹ ਉਹਨਾਂ ਦੇ ਰਿਜ਼ਲਟ ਵੀ ਬੜੇ ਅੱਛੇ ਨੇ ਤੇ ਉਹਨਾਂ ਪੜ ਜਾਣਾ ਤੇ ਮੁੰਡਿਆਂ ਨੇ ਇੰਜ ਹੀ ਲੱਠ ਫਿਰਨਾ ਇਹ ਪਿਛਲੇ ਦਿਨੋਂ ਕੁਝ ਲੋਕਾਂ ਨੇ ਮੇਰੇ ਕੋਲ ਪੁੱਛਿਆ ਸੀ ਪੀ ਇਹ ਲੋਗੜ ਜਿਹੜਾ ਹੈ ਇਹ ਤੇ ਆਵਾਰਾ ਜੇ ਬੰਦੇ ਨਹੀਂ ਆਉਂਦੇ ਨਹੀਂ ਜੀ ਉਹ ਲੋਗੜ ਹੁੰਦਾ ਹੈ ਤੇ ਜਿਹੜਾ ਆਵਾਰਾ ਹੁੰਦਾ ਉਹਨੂੰ ਲੁਗੜ ਆਖਦੇ ਨੇ ਲੋਗੜ ਤੇ ਲੁਗੜ ਇਹ ਜਿਵੇਂ ਪੰਜਾਬੀ ਦੇ ਵਿੱਚ ਹਰ ਲਫ਼ਜ਼ ਦੇ ਦੋ ਚਾਰ ਮਤਲਬ ਹੁੰਦੇ ਨੇ ਕੋਈ ਅੰਗਰੇਜ਼ੀ ਜਾਂ ਉਰਦੂ ਤੇ ਹੈ ਨਹੀਂ ਵੀ ਇੱਕੋ ਹੀ ਮਤਲਬ ਹੈ ਪੰਜਾਬੀ 'ਚ ਬੜੇ سارے ਮਤਲਬ ਹੁੰਦੇ ਨੇ ਕਿਸੇ ਦਿਨ ਇਸ ਤੇ ਗੱਲ ਕਰਾਂਗੇ ਲੰਮੀ ਚੌੜੀ ਜਿਵੇਂ ਆਂਦੇ ਮੈਂ ਤੇਰੇ ਵੱਟ ਕੱਢ ਦੇਣੇ ਨੇ ਮੈਂ ਤੇਰੇ ਵੱਟ ਕੇ ਰੱਖਣੀ ਤੂੰ ਵੱਟੋ ਵੱਟ ਤੁਰਿਆ ਜਾ ਤੂੰ ਬੜਾ ਵੱਟ ਕੇ ਬੈਠਾ ਅੱਜ ਬੜਾ ਵੱਟ ਚੜਿਆ ਹੈ ਬਈ ਸੋ ਅਜੇ ਇਹਦੇ ਵਿੱਚ ਹੋਰ ਵੀ 15-20 ਗੱਲਾਂ ਨੇ ਵਟਦੀਆਂ ਜਿਹੜੀਆਂ ਉਹ ਕਿਸੇ ਦਿਨ ਤੁਹਾਡੇ ਸਾਹਮਣੇ ਰੱਖਾਂਗੇ ਵੀ ਪੰਜਾਬੀ ਚ ਇੱਕੋ ਹੀ ਲਫ਼ਜ਼ ਜਿਹੜਾ ਨਾ ਉਹ ਜਿਹੜਾ ਨਾ ਉਹ ਉਹ ਕਈ ਥਾਂ ਤੇ ਇਸਤੇਮਾਲ ਕਰ ਲਈਦਾ ਹੈ ਤੇ ਇਸੇ ਤਰੀਕੇ ਦੇ ਨਾਲ ਇਹ ਜਿਹੜੇ ਇਹ ਲੁਗੜ ਨੇ ਲੋਗੜ ਨਹੀਂ ਲੋਗੜ ਹੁੰਦਾ ਤੇ ਲੁਗੜ ਹੁੰਦੇ ਇਹੋ ਜੇ ਇਹ ਜਿਹੜੇ ਪੜਦੇ ਨਹੀਂ ਤੇ ਇਹ ਜਿਹੜੇ ਮਾਂ ਦੇ ਸ਼ੇਰ ਬੱਗੇ ਨੇ ਉਹ ਕਹਿੰਦੇ ਨੇ ਵੀ ਇਹਨਾਂ ਦੀ ਪਰਫਾਰਮੈਂਸ ਬੋਡੀ ਪੂਰ ਹੈ ਬੱਚੀਆਂ ਨੇ ਅੱਗੇ ਲੰਘ ਜਾਣਾ ਤੇ ਇਹ ਵਜ੍ਹਾ ਬੱਚੀਆਂ ਪੜ ਜਾਂਦੀਆਂ ਨੇ ਤੇ ਇਹ ਲੁਗੜ ਰਹਿ ਜਾਂਦੇ ਨੇ ਲੁਗੜ ਲੋਗੜ ਨਹੀਂ ਲੁਗੜ ਤੇ ਇਹ ਜਿਹੜੇ ਲੁਗੜ ਨੇ ਫਿਰ ਇਹਨਾਂ ਨੂੰ ਰਿਸ਼ਤੇ ਨਹੀਂ ਲੱਭਣੇ ਤੇ ਇਸ ਵਜ੍ਹਾ ਤੋਂ ਵੀ ਬੱਚੀਆਂ ਦੀਆਂ ਸ਼ਾਦੀਆਂ ਨਹੀਂ ਹੁੰਦੀਆਂ ਆਹ ਗੱਲ ਠੀਕ ਹੈ ਇਹਨਾਂ ਦੀਆਂ ਮਾਵਾ ਨੇ ਵੀ ਆਖਣਾ ਵੀ ਐਮਬੀਬੀਐਸ ਧੀ ਚਾਹੀਦੀ ਏ ਸਾਨੂੰ ਫਿਰ ਡਾਕਟਰ ਚਾਹੀਦੀ ਏ ਜਾਂ ਡੈਂਟਿਸਟ ਚਾਹੀਦੀ ਏ ਜਾਂ ਪ੍ਰੋਫੈਸਰ ਚਾਹੀਦੀ ਏ ਫਲਾਨੀ ਚਾਹੀਦੀ ਏ ਤੇ ਮਾਂ ਜੀ ਤੁਹਾਡੇ ਕੋਲੋਂ ਮੇਰੀ ਰਿਕੁਐਸਟ ਹੈ ਵੀ ਇਹਨਾਂ ਸਾਰਿਆਂ ਦਾ ਇਲਾਜ ਬਾਟਾ ਸਰਵਿਸ ਹੈ ਨਿੱਕਿਆਂ ਨੂੰ ਤੇ ਚਲੋ ਨਾ ਕੁਛ ਆਖਿਆ ਕਰੋ ਪਰ ਇਹ ਜਿਹੜੇ ਵੱਡੇ ਹੋਏ ਨੇ ਨਾ ਯੂਨੀਵਰਸਟੀਆਂ ਜਾਂਦੇ ਲੁਗੜ ਫਿਰਦੇ ਨੇ ਤੇ ਬਾਟਾ ਦੀ ਚੰਗੀ ਜੀ ਜੁੱਤੀ ਲਵੋ ਤੇ ਉਹ ਫਿਰ ਫੇਰ ਉਹ ਅੰਦਰ ਫੇਰ ਅੰਦਰ ਤੇ ਫਿਰ ਇਹ ਲਿੱਤਰ ਪੋਲਾ ਮੈਂ ਮਜ਼ਾਕ ਚ ਕਹਿਣ ਦੇ ਆ ਕਿਸੇ ਨੇ ਮਾਰਨਾ ਚਾਹੀਦਾ ਇਹ ਤੇ ਚਲੋ ਅਜ਼ਰਾ ਮਜ਼ਾਕ ਤੁਹਾਡੇ ਨਾਲ ਗੱਲ ਕੀਤੀ ਹੈ ਬਾਹਰਲੇ ਜਿਹੜੇ ਤੁਹਾਡੇ ਲੁਗੜ ਜਮੇ ਨੇ ਨਾ ਤੁਸੀਂ ਇਹਨਾਂ ਨੂੰ ਸਮਝਾਓ ਵੀ ਪੁੱਤਰ ਪੜੋ ਜੇ ਨਾ ਪੜੇ ਤੇ ਫਿਰ ਜ਼ਾਹਿਰ ਹੈ ਫਿਰ ਉਹ ਵਿਆਹ ਜਿਹੜਾ ਉਹ ਕੁੜੀਆਂ ਨੇ ਫਿਰ ਆਪਣੇ ਅਰਗੇ ਮੁੰਡਿਆਂ ਨਾਲ ਹੀ ਕਰਨਾ ਹੁੰਦਾ ਹੈ ਨਾ ਹੁਣ ਇਹਤ ਨਹੀਂ ਹੋ ਸਕਦਾ ਵੀ ਕੁੜੀ ਪੜ੍ਹੀ ਹੋਵੇ ਤੇ ਮੁੰਡਾ ਜਿਹੜਾ ਲੁਗੜ ਹੋਏ ਤੇ ਉਹਦੇ ਨਾਲ ਵਿਆਹ ਕਰਕੇ ਤੇ ਕੁੜੀ ਫਸੀ ਫਿਰੇ ਸਾਰੀ ਉਮਰ ਬਾਅਦ ਵਿੱਚ ਰੋਂਦੀ ਫਿਰੇ ਤੇ ਇਸ ਆਸਤੇ ਇਹ ਗੱਲ ਇਹਨਾਂ ਦੀ ਬਿਲਕੁਲ ਮناسب ਹੈ ਇਹ ਤੇ ਤਵੱਜੋ ਦਿਓ ਅਛੇ ਜੀ ਅਗਲੇ ਅਗਲਾ ਜਿਹੜਾ ਮੈਸੇਜ ਹੈ ਉਹ ਇਹ ਅਰਹਮ ali ਸਾਹਿਬ ਨੇ ਇਹਨਾਂ ਆਖਿਆ ਜੀ ਗਿਲ ਸਾਹਿਬ ਮੇਰਾ ਮੈਸੇਜ ਜ਼ਰੂਰ ਪੜ੍ਹਨਾ ਹੈ ਬਾਜੀ ਮਰੀਮ ਨਵਾਜ਼ ਦੀ ਪੁਲਿਸ ਦੀ ਵਰਦੀ ਪਾਉਣ ਤੇ ਆਈ ਜੀ ਸਾਹਿਬ ਨੇ ਬੜੀ ਜਲਦੀ ਤੇ ਬੜੀ ਕਾਲੀ ਦੇ ਨਾਲ ਖਤ ਲਿਖ ਦਿੱਤਾ ਤੇ ਬਾਜੀ ਨੂੰ ਇਜਾਜ਼ਤ ਦੇ ਦਿੱਤੀ ਵਰਦੀ ਪਾਉਣ ਦੀ ਤੇ ਉਹਨਾਂ ਆਖਿਆ ਜੀ ਸਭ ਕੁਝ ਠੀਕ ਹੈ ਫੈਸਲਾਬਾਦ ਦੇ ਵਿੱਚ ਅंसारी ਬੈਂਡ ਵਾਲਿਆਂ ਨੂੰ ਵਾਜੇ ਵਾਲੀ ਵਰਦੀ ਤੇ ਬੈਜ ਲਾਉਣ ਤੇ ਮਤਲਬ ਉਹ ਜਿਹੜੇ ਫੁੱਲ ਸ਼ੋਅ ਲੱਗਦੇ ਵਰਦੀ ਉਹ ਤੁਹਾਨੂੰ ਪਤਾ ਵਾਜੇ ਵਾਲਿਆਂ ਦੀ ਉਹਨਾਂ ਦੇ ਕੋਲ ਪੁਲਿਸ ਬੈਂਡ ਵੀ ਹੁੰਦਾ ਹੈ ਤੇ ਆਪਣਾ ਫੌਜੀ ਬੈਂਡ ਵੀ ਹੁੰਦਾ ਹੈ ਲੇਕਿਨ ਸਾਰਿਆਂ ਨੂੰ ਪਤਾ ਵੀ ਉਹ ਅਸਲ ਫੌਜੀ ਹੈ ਅਸਲ ਪੁਲਿਸ ਵਾਲੇ ਨਹੀਂ ਉਹ ਤੇ ਬਚਾਰੇ ਬੈਂਡ ਵਜਾਉਂਦੇ ਨੇ ਤੇ ਉਹਨਾਂ ਨੂੰ ਵਰਦੀ ਦੇ ਉੱਤੇ ਜਿਹੜੇ ਫੁੱਲ ਕੋਈ ਆਪਣੇ ਆਪਣੇ ਜਿਹੜੇ ਬੈਜ ਜਾਂ ਫੁੱਲ ਆਏ ਉਹਨਾਂ ਨੇ ਆਪਣੀ ਵਰਦੀ ਦੇ ਉੱਤੇ ਉਹ ਲਾਉਣ ਦੀ ਵਜ੍ਹਾ ਤੋਂ ਪੰਜਾਬ ਪੁਲਿਸ ਵਾਲਿਆਂ ਨੇ ਐਫ ਆਈ ਆਰ ਕੱਟ ਦਿੱਤੀ ਹੈ ਮਿਹਰਬਾਨੀ ਕਰਕੇ ਇਸ ਤੇ ਆਵਾਜ਼ ਲੱਖ ਦੀ ਲਾਹਨਤ ਹੈ ਬਈ ਇਸ ਬੰਦੇ ਦੇ ਉੱਤੇ ਮਾਫ਼ਰਤ ਮੈਂ ਲਫ਼ਜ਼ ਇਸਤੇਮਾਲ ਕੀਤਾ ਪਰ ਐਸ ਐਚ ਓ ਜਿਹੜਾ ਵੀ ਹੈ ਉੱਥੇ ਉਸ ਤੇ ਲੱਖ ਦੀ ਲਾਹਨਤ ਹੈ ਬਈ ਜੇ ਮੀਰ ਆਲਮ ਵੀ ਤੈਨੂੰ ਚੁੱਭਦੇ ਨੇ ਬਈ ਤੇ ਜੇ ਮੀਰ ਆਲਮਾਂ ਦੇ ਉੱਤੇ ਵੀ ਤੂੰ ਐਫ ਆਈ ਆਰ ਕੱਟਣੀ ਇਹਨੂੰ ਵੈਸੇ ਸਮਝਾ ਦੇਣਾ ਸੀ ਜੇ ਤੈਨੂੰ ਕੋਈ ਤਕਲੀਫ ਸੀ ਬੈਜ ਲੱਗਣ ਦੀ ਤੇ ਆਪਣਾ ਹੀ ਮੇਰੀ ਮੇਰੀ ਜਾਨ ਮੇਰੇ ਤਰ੍ਹਾਂ ਆਪਣਾ ਹੀ ਢਿੱਡ ਛੋਟਾ ਕਰ ਲਓ ਤਾਂ ਕਿ ਤੁਸੀਂ ਆਪ ਵਾਜਾ ਵਜਾਉਣ ਵਾਲੇ ਨਾ ਲੱਗੋ ਐਸਚੂ ਸਾਹਿਬ ਇਹ ਮੇਰਾ ਖਲ ਤੁਸੀਂ ਕਿਤੇ ਜ਼ਾਤੀ ਪਰਸਨੈਲਿਟੀ ਕਲੈਸ਼ ਲੈ ਗਏ ਹੋ ਇਹਨਾਂ ਨਾਲ ਤੇ ਤੁਹਾਨੂੰ ਕਿਤੇ ਘਰ ਵਾਲੇ ਆਂਦੇ ਹੋਣੇ ਰੰਗ ਵੀ ਮੇਰੇ ਤਰ੍ਹਾਂ ਪੱਕਾ ਹੋਣਾ ਤੇ ਉਹ ਗੋਇਆਂਦਾ ਹੋਣਾ ਵੀ ਭਾਈ ਕਿੱਥੇ ਵਾਜਾ ਵਜਾਉਣਾ ਉਸ ਗੁੱਸੇ 'ਚ ਆ ਕੇ ਤੇ ਉਹਨੇ ਅਨਸਾਰੀ ਬੈਂਡ ਵਾਲੇ ਚੁੱਕ ਲੈ ਬਹਰਲ ਇਹਦੇ ਤੇ ਸਾਨੂੰ ਮਜ਼ੀਦ ਇਨਫਾਰਮੇਸ਼ਨ ਦਿਓ ਇਹਦੇ ਤੇ ਆਵਾਜ਼ ਵੀ ਚੁੱਕਾਂਗੇ ਤੇ ਤੁਹਾਨੂੰ ਵਕੀਲ ਵੀ ਫਰਾਮ ਕਰਾਂਗੇ ਜੇ ਲੋੜ ਪਈ ਤੇ ਸਾਨੂੰ ਦੱਸੋ ਫੈਸਲਾਬਾਦ ਤੁਹਾਨੂੰ ਵਕੀਲ ਵੀ ਦਿੰਨੇ ਦੁਬਾਰਾ ਇੱਥੇ ਕਮੈਂਟ ਕਰੋ ਸਾਨੂੰ ਅਰਮਲੀ ਸਾਹਿਬ ਤੁਹਾਨੂੰ ਵਕੀਲ ਵੀ ਦੇਾਂਗੇ ਤੇ ਇਹ ਐਸ ਐਚਓ ਦਾ ਵੀ ਨਾਂ ਜਿਹੜਾ ਨਾਂ ਨੰਬਰ ਲਿਖ ਕੇ ਰੱਖਾਂਗੇ ਤੇ ਜਿਸ ਵੇਲੇ ਆਇਆ ਕੋਸ਼ਿਸ਼ ਕਰਾਂਗੇ ਵੀ ਉਸ ਵੇਲੇ ਆਈਜੀ ਨੂੰ ਆ ਕੇ ਜਿਹੜਾ ਪੁਲਿਸ ਬੈਂਡ ਹੈ ਨਾ ਉਹਦੇ ਵਿੱਚ ਇਹਨੂੰ ਘੱਲਿਏ ਉਸ ਵੇਲੇ ਤੇ ਇਹਦੇ ਕੋਲੋਂ ਬ ਤੁਮਾਰੋ ਇਹ ਮੀਰ ਆਲਮ ਜਿਹੜੇ ਆਰਟਿਸਟ ਲੋਗ ਹੁੰਦੇ ਨੇ ਇਹ ਕਲਾ ਦਾ ਕੰਮ ਕਰਦੇ ਨੇ ਇਹ ਸਾਡੀ ਸਕਾਫਤ ਦਾ ਹਿੱਸਾ ਹੈ ਬੈਂਡ ਸ਼ੈਂਡ ਵਿਆਹ ਦਾ ਪਹਿਲਾਂ ਲੋਕਾਂ ਦੇ ਵਿਆਹ ਨਹੀਂ ਹੋਣਦੇ ਉੱਤੋਂ ਤੁਸੀਂ ਬੈਂਡ ਵਾਲੇ ਚੁੱਕ ਲੋ ਨਵਾਂ ਰੌਲਾ ਪਾ ਦਿਓ ਬਹਰਾਲ ਇਹਦੇ ਉੱਤੇ ਜਨਾਬ ਤਵੱਜੋ ਦਿਓ ਅੱਛਾ ਜੀ ਅਗਲੀ ਜਿਹੜੀ ਇਹ ਮੁਹੰਮਦ ਆਸੀਫ ਮਹਿਮੂਦ ਸਾਹਿਬ ਨੇ ਬੜਾ ਲੰਮਾ ਹੀ ਨਾਮ ਰੱਖ ਛੜਿਆ ਜੇ ਇਹਨਾਂ ਨੇ ਕਿਹਾ ਗਿਲ ਸਾਹਿਬ ਮੈਂ ਦੂਸਰੀ ਸ਼ਾਦੀ ਕਰਨਾ ਚਾਹਤਾ ਹਾਂ ਅਗਰ ਆਪ ਕਰੇ ਤਾਂ ਦੋਨੋਂ ਉਸਤਾਦ ਸ਼ਾਗਿਰਦ ਕੁਰਬਾਨੀ ਕਰਤੇ ਹਨ ਵਾਹ ਬਈ ਵਾਹ ਵਾਹ ਸ਼ੇਰ ਬਗਿਆ ਤੈਨੂੰ ਚੰਗਾ ਨਹੀਂ ਲੱਗਦਾ ਮੈਂ ਜਿਹੜਾ ਇੱਥੇ ਬਹਿ ਕੇ ਵੀਲਾਕ ਕਰਦਾ ਐ ਇੱਕ ਤੇ ਨੂਨ ਲੀਗ ਦਾ ਬੰਦਾ ਤੇ ਨਹੀਂ ਜਿਹੜਾ ਮੈਨੂੰ ਐਡਾ ਪਹਿੜਾ مشਵਰਾ ਦੇਣ ਡਿਆ ਐ ਤਾਂ ਪਤਾ ਕਰੋ ਬਈ ਉਹਨਾਂ ਨੇ ਕਿਹਾ ਮuje ਪੜ੍ਹੀ ਲਿਖੀ بیوی ਚਾਹੀਏ ਜੋ ਪ੍ਰਾਈਵੇਟ ਸਕੂਲ ਚਲਾ ਸਕੇ ਬਿਲਡਿੰਗ ਮੇਰੇ ਪਾਸ ਐ ਕਿਆ ਬਾਤ ਐ ਬਈ ਕਿਆ ਬਾਤ ਐ ਲੋ ਜੀ ਇਹੋ ਜਿਹੇ ਜਿਹੜਾ ਬੰਦਾ ਐ ਨਾ ਐ ਐ ਮਾਨ ਐ ਜਿਹੜਾ ਮੈਨੂੰ ਜਮਿਆ ਐ ਨਾ ਐ ਬੰਦਾ ਠੀਕ ਉਹਨੇ ਕਿਹਾ ਬਿਲਡਿੰਗ ਮੈਂ ਲਈ ਫਿਰਦਾ ਉਹਦੇ ਜੀ ਸਕੂਲ ਮੈਂ ਬਾਅਦ ਪਾਉਣਾ ਤੇ ਅਸਤਾਨੀ ਚਾਹੀਦੀ ਐ ਜੇ ਲੱਭ ਜਾਏ ਤਾਂ ਫਿਰ ਬਿਲਡਿੰਗ ਦੇ ਵਿੱਚ ਮੈਂ ਸਕੂਲ ਪਵਾ ਲੈਣਾ ਅਜਰਾ ਮਜ਼ਾਕ ਮੈਂ ਹੀ ਦੱਸਦਾ ਐ ਪੀ ਭਾਈ ਜੀ ਗੱਲ ਇਹ ਐ ਕਿ ਮੈਂ ਵੀ ਕਈ ਦਿਨਾਂ ਦੀ ਨਾ ਮੈਂ ਵੀ ਕਈ ਦਿਨਾਂ ਦੀ ਕਾਠੀ ਖਰੀਦੀ ਐ ਬਸ ਮੈਨੂੰ ਕੋੜਾ ਹੀ ਚਾਹੀਦਾ ਕਾਠੀ ਮੇਰੇ ਕੋਲ ਹੈਗੀ ਐ ਜਾਂ ਦੂਸਰੇ ਲਫ਼ਜ਼ਾਂ ਜੇ ਕਹੋ ਮੇਰੇ ਕੋਲ ਬਟਨ ਹੈਗਾ ਬਸ ਮੈਨੂੰ ਸੂਟ ਚਾਹੀਦਾ ਜਿੱਤੇ ਮੈਂ ਬਟਨ ਲਵਾ ਲਾਂ ਨਾ ਮੇਰਾ ਵੀਰ ਇਹੋ ਜੇ ਕੰਮ ਨਾ ਕਰ ਬਾਹਰਲੇ ਤੇ ਮਜ਼ਾਕ ਸੀ ਜੇ ਤੁਸੀਂ ਕੰਮ ਕਰਨਾ ਹੈ ਉਹ ਬੇਸ਼ੱਕ ਕਰੋ ਪਰ ਮੈਨੂੰ ਇਹੋ ਜਿਹਾ مشਵਰਾ ਨਾ ਦਿਓ ਮੈਨੂੰ ਜੀਣ ਦਿਓ ਜਿਹੜੇ ਹਿਸਾਬ ਨਾਲ ਵੀ ਮੈਂ ਜੀਣ ਡਿਆ ਤੇ ਅੱਗੇ ਮੈਂ ਜਿਹੜੀ ਮੁਲਕੀ ਸਟੈਬਲਿਸ਼ਮੈਂਟ ਹੈ ਉਹਦੇ ਨਾਲ ਪੂਰਾ ਆਲਾ ਤੇ ਉਹੀ ਕੋਈ ਉਹੀ ਠੀਕ ਹੈ ਕਾਫੀ ਹੈ ਮੈਨੂੰ ਬਾਕੀ ਜਿਹੜੀਆਂ ਦੁਨੀਆ ਦੀਆਂ ਸਟੈਬਲਿਸ਼ਮੈਂਟਾਂ ਨੇ ਉਹਨਾਂ ਦੇ ਨਾਲ ਨਾ ਟਕਰਾਓ ਮਿਹਰਬਾਨੀ ਕਰੋ ਇਹ ਕੰਮ ਤੁਸੀਂ ਇਕੱਲੇ ਹੀ ਕਰੋ ਲਓ ਜੀ ਵੀਲੌਗ ਲੰਮਾ ਹੋ ਗਿਆ ਮੈਨੂੰ ਦਿਓ ਇਜਾਜ਼ਤ ਤੇ ਰਬ ਰਾਖਾ